सतगुर सीने दे नाल लाले अपने सेवक प्यारे नू सतगुर सीने दे नाल लाले अपने सेवक प्यारे नू सतगुर सीने दे नाल लाले अपने सेवक प्यारे नू अपने सेवक प्यारे नू दात्या सेवक प्यारे नू अपने सेवक प्यारे नू दात्या सेवक प्यारे नू अपने सेवक प्यारे नू दात्या सेवक प्यारे नू सतगुर सीने दे नाल लाले अपने सेवक प्यारे नू सतगुर सीने दे नाल लाले अपने सेवक प्यारे नू एक अरदास गुरु जी सेवक दर तेरे ते कर दाए दर तेरे ते कर दाए दर तेरे ते कर दाए सेवा दा देओ समा दास नू मन जुलमा तो डर दाए करके कृपा दास तो तारो पापा वाली पंड नू सतगुर सीने दे नाल लाले अपने सेवक प्यारे नू सतगुर सीने दे नाल लाले अपने सेवक प्यारे नू मेहरबान जे हो जाए सतगुर राशो देव बना देवे राशो देव बना देवे राशो देव बना देवे पार किनारे लग जाइए जे पल्ला गुरु फड़ा देवे तेरा सिमरन काता करके आवा तेरे द्वारे नू सतगुर सीने दे नाल लाले अपने सेवक प्यारे नू सतगुर सीने दे नाल लाले अपने सेवक प्यारे नू अपने सेवक प्यारे नू दात्या सेवक प्यारे नू अपने सेवक प्यारे नू दात्या सेवक प्यारे नू अपने सेवक प्यारे नू दात्या सेवक प्यारे नू सतगुर सीने दे नाल लाले अपने सेवक प्यारे नू सतगुर सीने दे नाल लाले अपने सेवक प्यारे नू ऐसी नजर मेहर दी कर दे हो जाए बेड़ा पार गुरु हो जाए बेड़ा पार गुरु हो जाए बेड़ा पार गुरु मैं पापी तू
ਨੂੰ ਬਖਸ਼ਣ ਹਾਰਾ ਬਖਸ਼ ਦੇ ਬਖਸ਼ਣ ਹਾਰ ਗੁਰੂ ਭੁੱਲਿਆਂ ਨੂੰ ਤੁਸੀਂ ਰਸਤੇ ਪਾ ਕੇ ਕੱਟ ਦਿਓ ਜਨਮ ਚੁਰਾਸੀ ਨੂੰ ਸਤਿਗੁਰ ਸੀਨੇ ਦੇ ਨਾਲ ਲਾ ਲੈ ਆਪਣੇ ਸੇਵਕ ਪਿਆਰੇ ਨੂੰ ਸੱਚੇ ਦਰ ਤੋਂ ਸੱਚ ਪ੍ਰਾਪਤ ਕਰਦੇ ਕਰਮਾਂ ਵਾਲੇ ਨੇ ਮਹਾਂਪੁਰਖ ਜੋ ਪਰ ਉਪਕਾਰੀ ਦੁਨੀਆਂ ਦੇ ਰਖਵਾਲੇ ਨੇ ਹਰ ਦਮ ਨਾਮ ਚ ਰੰਗੇ ਰਹਿੰਦੇ ਜਾਂਦੇ ਸਤ ਸੰਗ ਨੂੰ ਸਤਿਗੁਰ ਸੀਨੇ ਦੇ ਨਾਲ ਲਾ ਲੈ ਆਪਣੇ ਸੇਵਕ ਪਿਆਰੇ ਨੂੰ ਸਤਿਗੁਰਾਂ ਨੇ ਗੁਰਸਿੱਖ ਨੂੰ ਆਖਿਆ ਕਿ ਗੁਰਸਿੱਖਾ ਤੂੰ ਆਪਣੇ ਗੁਰੂ ਦੇ ਚਰਨਾਂ ਵਿੱਚ ਇਹ ਅਰਦਾਸ ਕਰਿਆ ਕਰਕੇ ਸਤਿਗੁਰੂ ਮੈਨੂੰ ਆਪਣੇ ਸੀਨੇ ਦੇ ਨਾਲ ਲਾ ਕੇ ਰੱਖੋ ਚਰਨਾਂ ਦੇ ਨਾਲ ਜੋੜ ਕੇ ਰੱਖੋ ਸਤਿਗੁਰੂ ਮੇਰੀ ਅਰਦਾਸ ਹੈ ਮੈਨੂੰ ਸੇਵਾ ਅਤੇ ਸਿਮਰਨ ਦੀ ਦਾਤ ਬਖਸ਼ੋ ਅਤੇ ਸਾਧ ਸੰਗਤ ਸਤਿਗੁਰੂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰ ਰਾਏ ਸਾਹਿਬ ਪਾਤਸ਼ਾਹ ਇੱਕ ਦਿਨ ਸੰਗਤਾਂ ਨੂੰ ਉਪਦੇਸ਼ ਕਰ ਰਹੇ ਸਨ ਕਿ ਗੁਰਸਿੱਖੋ ਤੁਹਾਨੂੰ ਮੰਗਣ ਦੀ ਲੋੜ ਨਹੀਂ ਰਹੇਗੀ ਜੇ ਤੁਸੀਂ ਇਹ ਅਰਦਾਸ ਕਰਿਆ ਕਰੋ ਆਪਣੇ ਗੁਰੂ ਦੇ ਚਰਨਾਂ 'ਚ ਗੁਰੂ ਨਾਨਕ ਦੇ ਘਰ ਵਿੱਚ ਕਿ ਪਾਤਸ਼ਾਹ ਸਾਨੂੰ ਆਪਣੇ ਸੀਨੇ ਨਾਲ ਲਾ ਕੇ ਰੱਖੋ ਤਾਂ ਸਾਧ ਸੰਗਤ ਪਾਤਸ਼ਾਹ ਇਹ ਵੀ ਉਪਦੇਸ਼ ਕਰ ਰਹੇ ਸਨ ਕਿ ਸੇਵਾ ਅਤੇ ਸਿਮਰਨ ਦੀ ਦਾਤ ਮੰਗਿਆ ਕਰੋ ਤਾਂ ਸਾਧ ਸੰਗਤ ਇੱਕ ਸਿੱਖ ਨੇ ਹੱਥ ਜੋੜ ਕੇ ਆਖਿਆ ਕਿ ਸਤਿਗੁਰੂ ਜੇਕਰ ਕਿਸੇ ਗਰੀਬ ਸਿੱਖ ਦੇ ਪਾਸ ਮਾਇਆ ਨਾ ਹੋਵੇ ਤਾਂ ਉਹ ਤੁਹਾਡੀ ਸੇਵਾ ਕਿਸ ਤਰ੍ਹਾਂ ਕਰ ਸਕਦਾ ਉਹ ਤੁਹਾਨੂੰ ਕਿਸ ਤਰ੍ਹਾਂ ਪ੍ਰਸੰਨ ਕਰੇ ਤਾਂ ਪਾਤਸ਼ਾਹ ਨੇ ਆਖਿਆ ਕਿ ਗੁਰਸਿੱਖਾ ਜਿਹੜਾ ਮੇਰਾ ਪ੍ਰੇਮੀ ਸਿੱਖ ਦਿਨ ਰਾਤ ਮੈਨੂੰ ਪ੍ਰੇਮ ਨਾਲ ਯਾਦ ਕਰਦਾ ਸ਼ਰਧਾ ਨਾਲ ਯਥਾ ਸ਼ਗਤ ਅੰਨ ਧਨ ਸਾਡੇ ਅਰਪਣ ਕਰਦਾ ਉਸਦੀ ਗਰੀਬੀ ਦੂਰ ਹੋ ਜਾਂਦੀ ਹੈ ਅਤੇ ਗੁਰਸਿੱਖੋ ਤੁਹਾਨੂੰ ਅਸੀਂ ਇੱਕ ਐਸਾ ਪ੍ਰਸੰਗ ਸੁਣਾਉਂਦੇ ਹਾਂ ਕਿ ਇੱਕ ਪਿੰਡ ਦੇ ਵਿੱਚ ਇੱਕ ਗਰੀਬ ਸਿੱਖ ਰਹਿੰਦਾ ਸੀ ਉਹ ਜਿਵੇਂ ਕਿਵੇਂ ਔਖਾ ਹੋ ਕੇ ਆਪਣੀ ਪੇਟ ਦੀ ਪਾਲਣਾ ਕਰਦਾ ਹੁੰਦਾ ਸੀ ਆਪਣੇ ਪਰਿਵਾਰ ਨੂੰ ਪਾਲਦਾ ਸੀ ਪਰ ਉਹਨੂੰ ਹਰ ਸਮੇਂ ਗਰੀਬੀ ਦਾ ਦੁੱਖ ਸਤਾਉਂਦਾ ਰਹਿੰਦਾ ਸੀ ਘਰ ਟੁੱਟਿਆ ਹੋਇਆ ਸੀ ਕੁੱਲੀ ਸੀ ਤੇ ਗੁਰਸਿੱਖੋ
ਉਹਦੇ ਘਰ ਵਿੱਚ ਇੱਕ ਚਿੜੀ ਅਤੇ ਚਿੜੇ ਦਾ ਜੋੜਾ ਰਹਿੰਦਾ ਸੀ ਜੋ ਕਿ ਪਹਿਲੇ ਜਨਮ ਵਿੱਚ ਸਿੱਖ ਅਤੇ ਸਿੱਖਣੀ ਸਨ। ਉਹਨਾਂ ਨੂੰ ਕਿਸੇ ਕਰਮ ਕਰਕੇ ਇਹ ਪੰਛੀਆਂ ਵਾਲਾ ਜਨਮ ਮਿਲਿਆ ਹੋਇਆ ਸੀ, ਪਰ ਗੁਰੂ ਦੀ ਕਿਰਪਾ ਨਾਲ ਉਹਨਾਂ ਨੂੰ ਚਿੜੀ ਅਤੇ ਚਿੜੇ ਨੂੰ ਆਪਣੇ ਪਿਛਲੇ ਜਨਮ ਦੀ ਕਹਾਣੀ ਯਾਦ ਸੀ। ਜਦੋਂ ਉਹਨਾਂ ਨੇ ਉਹ ਗਰੀਬ ਸਿੱਖ ਨੂੰ ਵੇਖਿਆ, ਉਹਦੀ ਮਾੜੀ ਦਸ਼ਾ ਗਰੀਬੀ ਕੰਗਾਲੀ ਵੇਖੀ ਤੇ ਤਰਸ ਆਇਆ। ਤੇ ਗੁਰਸਿੱਖੋ, ਉਹਨਾਂ ਨੇ ਉਸ ਗਰੀਬ ਸਿੱਖ ਦੇ ਘਰੋਂ ਇੱਕ ਇੱਕ ਦਾਣਾ ਅੰਨ ਜਾਂ ਆਟੇ ਦੀ ਚੁੰਝ ਭਰ ਕੇ ਗੁਰੂ ਕੇ ਲੰਗਰ ਵਿੱਚ ਪਾਉਣੀ ਸ਼ੁਰੂ ਕਰ ਦਿੱਤੀ। ਤੇ ਜਿਉਂ ਜਿਉਂ ਉਹ ਚਿੜਾ ਅਤੇ ਚਿੜੀ ਗਰੀਬ ਸਿੱਖ ਦੇ ਘਰ ਦੇ ਦਾਣੇ ਗੁਰੂ ਕੇ ਲੰਗਰ ਵਿੱਚ ਪਾਉਂਦੇ ਗਏ, ਤੇ ਤਿਉਂ ਤਿਉਂ ਉਸ ਗਰੀਬ ਸਿੱਖ ਦਾ ਕੰਮ ਚੰਗਾ ਹੁੰਦਾ ਗਿਆ, ਧੰਨਵਾਨ ਹੋ ਗਿਆ। ਇਸ ਤਰ੍ਹਾਂ ਕਰਕੇ ਜਦ ਉਸਦੇ ਪਾਸ ਬਹੁਤ ਸਾਰਾ ਧਨ ਹੋ ਗਿਆ ਨਾ ਸਾਧ ਸੰਗਤ, ਇਹ ਸਤਿਗੁਰੂ ਹਰ ਰਾਏ ਸਾਹਿਬ ਸੰਗਤਾਂ ਨੂੰ ਵਾਕਿਆ ਸੁਣਾ ਰਹੇ ਨੇ, ਕਹਿ ਰਹੇ ਨੇ ਕਿ ਗੁਰਸਿੱਖੋ, ਜਦੋਂ ਉਸ ਸਿੱਖ ਦੇ ਪਾਸ ਬਹੁਤ ਸਾਰਾ ਧਨ ਦੌਲਤ ਹੋ ਗਿਆ ਤਾਂ ਉਹਨੇ ਆਪਣਾ ਮਕਾਨ ਨਵਾਂ ਬਣਾਉਣਾ ਸ਼ੁਰੂ ਕਰ ਦਿੱਤਾ। ਜਦੋਂ ਮਕਾਨ ਨਵਾਂ ਬਣਾਉਣਾ ਸ਼ੁਰੂ ਕੀਤਾ ਤੇ ਉਸ ਚਿੜੇ ਅਤੇ ਚਿੜੀ ਦਾ ਆਲਣਾ ਉੱਥੋਂ ਪੁੱਟਿਆ ਗਿਆ ਤੇ ਉਹ ਵਿਚਾਰੇ ਉੱਥੋਂ ਕਿਸੇ ਹੋਰ ਪਾਸੇ ਚਲੇ ਗਏ, ਤੇ ਉਹਨਾਂ ਦੇ ਉੱਥੋਂ ਜਾਣ ਕਰਕੇ ਗੁਰੂ ਕੇ ਲੰਗਰ ਵਿੱਚ ਉਸ ਸਿੱਖ ਦੇ ਘਰ ਦਾ ਅੰਨ ਭਾਗ ਪੈਣਾ ਬੰਦ ਹੋ ਗਿਆ, ਤੇ ਜਿਸ ਨਾਲ ਸਾਧ ਸੰਗਤ ਉਸ ਗਰੀਬ ਸਿੱਖ ਦਾ ਜੋ ਅਮੀਰ ਹੋ ਚੁੱਕਿਆ ਸੀ ਉਸ ਦਾ ਹੱਥ ਫਿਰ ਹੇਠਾਂ ਨੂੰ ਜਾਣ ਲੱਗ ਪਿਆ। ਉਹ ਫਿਰ ਉਸੇ ਦਸ਼ਾ ਵਿੱਚ ਆ ਗਿਆ, ਗਰੀਬੀ ਦੀ ਦਸ਼ਾ ਵਿੱਚ, ਤੇ ਦੁਖੀ ਹੋ ਕੇ ਇੱਕ ਦਿਨ ਗੁਰੂ ਘਰ ਦੀ ਸ਼ਰਨ ਵਿੱਚ ਆਇਆ। ਤੇ ਗੁਰਸਿੱਖੋ, ਅਸੀਂ ਉਹਨੂੰ ਸਮਝਾਇਆ ਕਿ ਤੇਰੇ ਪੁਰਾਣੇ ਘਰ ਵਿੱਚ ਇੱਕ ਚਿੜੀ ਅਤੇ ਚਿੜੇ ਦਾ ਜੋੜਾ ਰਹਿੰਦਾ ਸੀ, ਉਹ ਤੇਰੇ ਘਰ ਦਾ ਅੰਨ ਲਿਆ ਕੇ ਗੁਰੂ ਦੀ ਦੇਗ ਗੁਰੂ ਦੇ ਲੰਗਰ ਵਿੱਚ ਪਾਉਂਦੇ ਸਨ, ਉਹਨੂੰ ਸਤ ਸੰਗਤ ਛਕਦੀ ਸੀ। ਗੁਰਸਿੱਖਾ, ਜਿਸ ਕਰਕੇ ਤੇਰੇ ਘਰ ਅਤੇ ਧਨ ਵਿੱਚ ਵਾਧਾ ਹੋਇਆ, ਪਰ ਜਦੋਂ ਤੂੰ ਆਪਣਾ ਨਵਾਂ ਘਰ ਬਣਾਉਣ ਵਾਸਤੇ ਉਹਨਾਂ ਦਾ ਆਲਣਾ ਤੋੜ ਦਿੱਤਾ, ਉਹ ਉੱਡ ਕੇ ਹੋਰ ਥਾਂ ਚਲੇ ਗਏ, ਤੇਰੇ ਘਰੋਂ ਅੰਨ ਦਾ ਹਿੱਸਾ ਗੁਰੂ ਕੇ ਲੰਗਰ ਵਿੱਚ ਪੈਣੋਂ ਬੰਦ ਹੋ ਗਿਆ ਤੇ ਤੇਰੇ ਧਨ ਦਾ ਫਿਰ ਨਾਸ਼ ਹੋ ਗਿਆ। ਤੇ ਸਾਧ ਸੰਗਤ, ਪਾਤਸ਼ਾਹ ਕਹਿੰਦੇ, ਗੁਰਸਿੱਖੋ, ਜਿਸਨੂੰ ਇਹ ਇੱਛਾ ਹੋਵੇ ਮੇਰੇ ਘਰ ਵਿੱਚ ਬਹੁਤੀ ਮਾਇਆ ਹੋਵੇ, ਉਸ ਨੂੰ ਚਾਹੀਦਾ ਥੋੜ੍ਹੇ 'ਚੋਂ ਥੋੜ੍ਹਾ, ਬਹੁਤੇ 'ਚੋਂ ਬਹੁਤਾ ਗੁਰੂ ਨਿਮਿਤ ਪ੍ਰੇਮ ਨਾਲ ਅਰਪਣ ਕਰੇ। ਐਸੇ ਪੁਰਸ਼ ਦੀ ਗੁਰੂ ਸਹਾਇਤਾ ਕਰਕੇ ਗਰੀਬੀ ਦਾ ਸਾਰਾ ਦੁੱਖ ਦੂਰ ਕਰ ਦਿੰਦੇ ਨੇ। ਤੇ ਸਤਿਗੁਰੂ ਹਰ ਰਾਏ ਸਾਹਿਬ ਕਹਿੰਦੇ, ਗੁਰਸਿੱਖਾ, ਸੋ ਤੂੰ ਵੀ ਹੁਣ ਇਸ ਤਰ੍ਹਾਂ ਹੀ ਆਪਣੀ ਕਮਾਈ 'ਚੋਂ ਗੁਰੂ ਨਿਮਿਤ ਅਰਪਣ ਕਰਿਆ ਕਰ, ਤੇਰੇ ਘਰ ਵਿੱਚ ਧਨ ਦੀ ਪ੍ਰਾਪਤੀ ਨਾਲ ਸੁੱਖਾਂ ਦਾ ਵਾਧਾ ਹੋ ਜਾਏਗਾ। ਤਾਂ ਸਾਧ ਸੰਗਤ, ਜਦੋਂ ਉਹ ਗੁਰਸਿੱਖ ਨੂੰ ਪਤਾ ਲੱਗਿਆ ਨਾ ਆਪਣੇ ਘਰ ਬਾਰੇ ਕਿ ਕਿਸ ਤਰ੍ਹਾਂ ਉਹਦੇ ਘਰੋਂ ਗੁਰੂ ਕੇ ਲੰਗਰ ਵਾਸਤੇ ਅੰਨ ਆਉਂਦਾ ਸੀ ਤੇ ਵਾਧਾ ਹੋ ਗਿਆ, ਸਤਿਗੁਰਾਂ ਦੇ ਚਰਨਾਂ 'ਤੇ ਢਹਿ ਪਿਆ, ਕਹਿੰਦਾ, ਸਤਿਗੁਰੂ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਓ, ਆਪਣੇ ਸੀਨੇ ਨਾਲ ਲਾ ਲਓ, ਮੈਂ ਤੁਹਾਡੀ ਸੇਵਾ ਅਤੇ ਸਿਮਰਨ
हमेशा करदा रवां। सतगुर सीने दे नाल लाल है अपने सेवक प्यारे नूं, सतगुर सीने दे नाल लाल है अपने सेवक प्यारे नूं, अपने सेवक प्यारे नूं दातिया 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 सेवक प्यारे नूं। सतगुर सीने दे नाल लाल है अपने सेवक प्यारे नूं, सतगुर सीने दे नाल लाल अपने सेवक प्यारे नूं, अपने सेवक प्यारे नूं दातिया 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 सेवक प्यारे नूं। सतगुर सीने दे नाल लाल है अपने सेवक प्यारे नूं, सतगुर सीने दे नाल लाल है अपने सेवक प्यारे नूं, सतगुर सीने दे नाल लाल है अपने सेवक प्यारे नूं, सतगुर सीने दे नाल लाल अपने सेवक प्यारे नूं। ते साध संगत यही अरदास यही बेनती तन तन साहब श्री गुरु हर राय साहब पातशाह दे चरणा च एक सपने कीती सी। इतिहास दे विच आउंदा है कि एक दिन सतगुरु पातशाह शस्त्र वस्त्र पहन के सैर वास्ते शिकार करन वास्ते चले, कई सूरमे भी तैयार होके उना नाल चल पए। ते साध संगत फिरदे फिरदे सतगुरु जंगल दे विच जदों पहुंचे उना ने वेख्या कि एक वड्डा मोटा सप उनू बहुत सारियां कीड़ियां चंबड़ियां होईयां ने, ते ओ दर्द नाल पीड़ नाल तड़फ तड़फ के मूदा सिद्धा हो रहा है। पातशाह अंतरयामी सन, वो पातशाह नू याद कर रहा सी। सतगुरु ओदा उधार करन वास्ते आए सन, ते जदों सप ने पातशाह नू घोड़े ते असवार वेख्या, ते साध संगत सप सिर उच्चा करके हिलाउण लग्या, ते पातशाह ने उस दी गति करन वास्ते ओनू एक तीर मारिया, ते ओदा सिर कट दिता, ते सतगुरां दा तीर लग्या, ते ओदी आत्मा नू देवते लैण वास्ते विमान लैण वास्ते आए, ओदी आत्मा आकाश नू चली गई। ता सिखा ने पुछया कि महाराज ए कौन सी, इसने किस कारण करके ए देही पाई सी। ता सिखा दी बेनती सुनी पातशाह कहंदे गुरसिखो ए पहले जन्म विच एक ब्राह्मण सी, सारे लोका विच गुरु कहौंदा सी, पर लोका पासों धन लैके इस्त्री पुत्रां दे मोह प्यार विच लग्या रहिंदा सी, अपने आप नूं वेदां शास्त्रां दा ज्ञाता दस के बहुत वड्डा कहौंदा सी, पर ए बंदगी नहीं करदा सी, सिमरन नहीं करदा सी, ते इने अपने चेले सिख सेवक भी बड़े बनाए होए सन। जदों इहदा अंत होया
ते गुर सिखो नाम नहीं जपया एने सिमर नहीं कीता पूजा दा तन खान करके काल वस होया ता इनू ए सप दी जून मिली जेड़े अपने सेवका पासों ए ठग ठग के खांदा रहा उना दी गति नहीं सी कर सकया उना विच्चों कुछ कीड़ियां होके इसनू कट कट खान लगे ते अपना बदला इस तों लैन लगे ते हुण साडा दर्शन करके ए भयानक दुख तों छुट के शुभ गति नू प्राप्त हो गया। पातशाह कहिंदे बई जेड़े ज्ञान प्राप्ति तो बिना ही जगत विच अपने आप नू गुरु कहाउंदे ने ओ घोर दुख पाउंदे ने। ते प्यारी साध संगत पूजा दी अंश कदी भुल के भी ना खायो बड़ी दुखदाई हुंदी है अंत नू जमा दे वस पा देंदी है। पातशाह दे वचन सुने ते सारी संगत साध संगत सारे गुरसिख सतगुरां दे चरणां ते ढह पए कहिंदे सतगुरु पापां तों बचायो सीने दे नाल ला के रखियो तुहाडी सेवा अते सिमरन हमेशा करदे रहिए। सतगुर सीने दे नाल ला लै अपने सेवक प्यारे नू सतगुर सीने दे नाल ला लै अपने सेवक प्यारे नू माणे चंदन दी दाता आस कर दियो पूरी जी आस कर दियो पूरी जी आस कर दियो पूरी जी दास अपने दे मन दीना रखियो मांग अधूरी जी चरनी डिगे सीने लाल अपने दास निमाने नू सतगुर सीने दे नाल लाल अपने सेवक प्यारे नू सतगुर सीने दे नाल लाल अपने सेवक प्यारे नू अपने सेवक प्यारे नू दात्या 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 सेवक प्यारे नू सतगुर सीने दे नाल लाल अपने सेवक प्यारे नू सतगुर सीने दे नाल लाल अपने सेवक प्यारे नू सतगुर सीने दे नाल लाल अपने सेवक प्यारे नू सतगुर सीने दे नाल लाल अपने सेवक प्यारे नू। ते साध संगत सतगुरां ने आख्या है कि जे अपने गुरु दे अगे ये अरदास करनी है ना तो मन दे विच गुरसिखा गुरु दे लई तेरे सच्चा प्यार होना चाहिए सच्ची प्रीत होनी चाहिदी है सच्चा नेहो होना चाहिए। साध संगत कैसी प्रीत होवे कैसा प्यार होवे एक वार्ता आउंदी है कि एक राजा उदियां तीन लड़कियां ते राजे ने पुछया कि पुत्रियों
मेरे नाल तुहाडी किस तरह की प्रीत है। वड्डी लड़की कहंदी पिता जी मैं तुहानू खंड अते मिश्री वांग मिठा जानदी है। दूजी कहंदी तुसी मैनू शहद वांगू मिठे अते प्यारे लगदे हो। ते तीसरी लड़की सब तो छोटी कहंदी पिता जी मैं तुहानू लून वांग प्यारा जानदी है। ते राजे ने जदों ये गल सुनी मन च विचारिया कहंदा लून खंड सारिया चीजा नालों सस्ता है, इसलिए उस वांग प्यारा कह के इन्हें मैनू मखौल कीता है, मेरा नरादर कीता है। ते साध संगत उनू गुस्सा आया है, नौकरा नू हुकम दिता है कि इस छोटी लड़की नू जंगल च छड़े आओ। नौकर जंगल दे विच छड़े आए ते साध संगत ओ छोटी लड़की एक दरख्त दे हले खलो के उस अकाल पुरख परमात्मा दा सिमरन करन लगी। ऐने नू एक शहजादा शिकार खेड़दा होया उधर आ गया। जदों उन्हें लड़की नू अकली वेख्या सारी हकीकत पुछी ते उन्हू अपने राज विच लिया के राणी बना के अपने नाल उन्हें व्याह कर लिया। कुछ समय बाद साध संगत उस लड़की दा पिता उस राजा दे घर प्रौणा होके आया ता उसने अपने पिता लई सारे भोजन मिठे बना के परोस दिते। जिन्ना नू ओ लड़की दा पिता राजा खा ना सकया, राजे नू पता नहीं लग्या क्योंकि उदी सपुत्री ने कुंड कढ़िया होया सी। जदों ओ मिठे भोजन ना खा सकया ता ओ लड़की साध संगत आप नमकीन भोजन दी एक थाली लेके भर के ले आई, जिसनू खा के ओ बड़ा खुश होया। ता लड़की ने कुंड चुकया, राजा बड़ा हैरान होया। लड़की कहंदी पिता जी मेरी तुहाडे नाल इस तरह की प्रीत है जिस तरह लून तो बिना सारे भोजन मिठे भोजन चंगे नहीं ना लगते, मेरी इस तरह की प्रीत है तुहाडे नाल। बादशाह कहंदे ने गिरसिखो ऐसी प्रीत करो ऐसा प्यार करो। सतगुर सीने दे नाल लाल अपने सेवक प्यारे नू। सतगुर सीने दे नाल लाल अपने सेवक प्यारे नू। सतगुर सीने दे नाल लाल अपने सेवक प्यारे नू। सतगुर सीने दे नाल लाल अपने सेवक प्यारे नू। अपने सेवक प्यारे नू दातिया 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 सेवक प्यारे नू। सतगुर सीने दे नाल लाल अपने सेवक प्यारे नू। सतगुर